एक रात ले तानू किसी सियासतदान कार रखने का मौका मिलता है, किनू रखो? नवाज शरीफ। मैं तो रखूंगी शहबाज शरीफ सर। पंजाबी आती है ना? हाँ पक्की। पक्की पंजाबन? हाँ जी। कितने दे? सियालकोट दे। वाह जी वाह। बाबा जी सियालकोट। इमरान खान तेरे घर वड़ जावे। मैं रात रहना है। मैं रात रह के जाना है। ਐਂਜੀ ਵੜ ਜਾ ਯਾਰ, ਬੂਆ ਬੰਦ ਹੁੰਦਾ ਸਾਡਾ, ਕੁੰਡੀ ਲੱਗੀ ਹੁੰਦੀ ਹੈ। ਕੀ ਰੇਟ ਹੋਣਾ ਚਾਹੀਦਾ ਪੈਟਰੋਲ ਦਾ? ਤੇ ਪੈਟਰੋਲ ਦਾ 50-55-60 ਇੰਨਾ ਸੀ ਉਹਨਾਂ ਦੇ ਦੌਰ ਚ, ਗੰਜਿਆਂ ਦੇ। ਆਵਾਮ ਖਾਂਦੀ ਤੇ ਪਈ ਹੈ ਨਾ ਫਿਰ? ਖਾਂਦੀ ਤੇ ਹੈ ਤੇ ਰੂਲ ਰੂਲ ਕੇ ਖਾ ਲੈ। ਆਵਾਮ ਚੰਗੀ ਹੋਵੇ ਖਾਵੇ ਨਾ ਫਿਰ। ਅੱਛਾ ਤੇ ਤੂੰ ਆਪ ਨਹੀਂ ਖਾਂਦੀ? ਨਹੀਂ ਮੈਂ ਸਿਹਤ ਤੋਂ ਲੱਗਦਾ ਮੈਂ ਕੁਛ ਖਾਂਦੀ। ਹਾਂ ਭਾਵਾ, ਇਹ ਮੇਰੀ ਬਾਤ ਸੁਣੋ ਬੇਟਾ। ਕਿਹਨੂੰ ਰੱਖੋਗੇ? ਕਿਸੇ ਨੂੰ ਵੀ ਨਹੀਂ। ਓਕੇ अस्सलाम वालेकुम नाज़रीन, तुसीं वेखदे पे हो तोतला रिपोर्टर ऑफिशियल ते मैं हाँ तुहाडी अपनी होस्ट सैमा अलोरी। अज गया असी इत्थे रेस कोर्स पार्क विच, इत्थे करांगे लोकां दे नाल कॉमन सेंस दा एक सवाल, कॉमन सेंस दा नहीं मतलब एक फनी जिहा सवाल करांगे ते उहदा जानांगे मज़ेदार जे आंसर। ते आइयो चलिए किस करने दा। कैसी आप? मैं ठीक, आप कैसी हैं? अच्छा सॉरी, मैं दोबारा करांगी क्योंकि पंजाबी है प्रोग्राम, ए पंजाबी प्रोग्राम हैगा, मैं उदों तो उर्दू बोली जा रही हूँ। अस्सलाम वालेकुम। वालेकुम अस्सलाम। की हाल है? ठीक। की कर की रहे हो? ਅਸੀਂ ਲੋਕ ਸੈਰ ਕਰਨ ਆਏ। ਸੈਲ ਕਰਨ ਆਏ? ਕਿੰਨੀ ਸੈਲ? ਕਾਫੀ ਕਰ ਲਿੱਤੀ ਹੈ। ਕਾਫੀ ਕਰ ਲਈ? ਹਾਂਜੀ। ਅੱਛਾ ਮੈਨੂੰ ਇਹ ਦੱਸੋ, ਜੇ ਇੱਕ ਰਾਤ ਲਈ ਕਿਸੇ ਸਿਆਸਤਦਾਨ ਨੂੰ ਤੁਹਾਡੇ ਘਰ ਠਹਿਰਨ ਦਾ ਮੌਕਾ ਮਿਲੇ, ਕਿ ਅਸੀਂ ਕੋਈ ਕਵੇ ਕਿ ਤੁਹਾਡੇ ਘਰ ਅਸੀਂ ਠਹਿਰਨਾ ਹੈਗਾ, ਤਾਂ ਤੁਸੀਂ ਕਿਹਨੂੰ ਠਹਿਰਾਓਗੇ? ਕਿਸੇ ਨੂੰ ਨਹੀਂ। ਕਿਉਂ? ਸਿਆਸਤ ਮੈਨੂੰ ਚੰਗੀ ਨਹੀਂ ਲੱਗਦੀ ਯਾਰ। ਨਹੀਂ ਦੇਖੋ ਨਾ, ਨਵਾਜ਼ ਸ਼ਰੀਫ ਹੈਗਾ ਹੈ, ਬਿਲਾਵਲ ਭੁੱਟੋ ਇੰਨਾ ਏਦਾਂ ਹੀ ਕਿ ਮਹਿੰਗਾਈ ਕਰਤੀ ਹਰ ਚੀਜ਼ ਪਿੱਛੇ? ਉਹ ਤਾਂ ਨਵਾਜ਼ ਸ਼ਰੀਫ ਨੇ ਵੀ ਕੀਤੀ। ਨਹੀਂ ਨਵਾਜ਼ ਸ਼ਰੀਫ ਦੇ ਦੋ ਨਵਾਜ਼ ਸ਼ਰੀਫ ਨੇ ਥੋੜ੍ਹੀ ਕੀ ਨਾਮ ਹੈ ਕਿ ਕਰਪਸ਼ਨ ਕੀਤੀ ਨੂੰ ਲੁੱਟ ਕੇ ਤੇ ਲੰਡਨ ਜਾ ਕੇ। ਦੱਸੋ ਸਾਬਤ ਕਿਹੜੀ ਹੋਈ? ਸਾਬਤ ਹੋਈ ਹੈ ਤਾਦੀ ਉਹਨੂੰ ਨਹੀਂ ਹੋਈ, ਕੋਈ ਸਾਬਤ ਨਹੀਂ ਹੋਈ। ਚਲੋ ਜੀ, ਉਹਨਾਂ ਨੇ ਕੀਤੀ ਹੈ, ਇਹਨਾਂ ਨੇ 5 ਸਾਲਾਂ 'ਚ ਕੀ ਕੀਤਾ? ਕਿੰਨਾ ਨੇ ਇਮਰਾਨ ਖਾਨ ਸਾਹਿਬ ਨੇ ਕੀ ਕੀਤਾ? ਇਮਰਾਨ ਖਾਨ ਨੇ ਬਹੁਤ ਕੁਛ ਕੀਤਾ। ਇੱਕ ਵੀ ਕੰਮ ਕਿੰਨਾ ਤੁਹਾਡੇ ਤੇ ਕਰਜ਼ਾ ਚੜਿਆ? ਕਿਹੜਾ ਡਬਲ ਕਰਜ਼ਾ ਤੁਹਾਡੇ ਤੇ ਹੁਣ? ਉਹ ਕਿੱਦਾਂ ਵੇਖ ਲਓ ਸਾਰਾ ਤੁਸੀਂ, ਹਰ ਚੀਜ਼ ਮਹਿੰਗਾਈ ਜ਼ਿਆਦਾ ਹੋ ਗਈ ਹੈ, ਪੈਟਰੋਲ ਵੱਧ ਗਿਆ, ਦਾਲਾਂ ਵੱਧ ਗਈਆਂ ਨੇ। ਰੋਟੀ ਨਵਾਜ਼ ਸ਼ਰੀਫ, ਰੋਟੀ ਨਵਾਜ਼ ਸ਼ਰੀਫ ਬੜੀ ਵੀ ਮਹਿੰਗੀ ਹੈਗੀ ਸੀ, ਪੈਟਰੋਲ ਵੀ ਮਹਿੰਗਾ। ਨਹੀਂ ਰੋਟੀ ਨਵਾਜ਼ ਸ਼ਰੀਫ 7 ਰੁਪਏ ਦੀ ਸੀ। ਉਹਨੇ ਕਿੰਨੇ ਦੀ? 10 ਰੁਪਏ, 12 ਰੁਪਏ ਦੀ। ਉਹ 9 ਰੁਪਏ ਦੀ ਕਹਿ ਰਹੇ ਨੇ। ਨਾਨ ਤੇ 12 ਰੁਪਏ ਦਾ, ਕੁਲਚਾ 15 ਰੁਪਏ। ਰੋਟੀ ਦੀ ਗੱਲ ਕੀਤੀ ਤੁਸੀਂ, ਕੁਲਚੇ ਵਾਲ ਚਲੇ ਗਏ। ਉਹ ਰੋਟੀ ਜੀ ਆ ਜਾਂਦਾ ਹੈ। ਅੱਛਾ ਤੇ ਪੈਟਰੋਲ ਕਿੰਨੇ ਦਾ ਸੀ? ਪੈਟਰੋਲ 65 ਰੁਪਏ ਲੀਟਰ, 70 ਰੁਪਏ ਲੀਟਰ ਸੀ। ਹੁਣ ਕੀ ਹੈ? 104 ਮਤਲਬ ਇਹ ਹੈਗਾ ਨਾ ਕਿ ਉਹਨਾਂ ਨੇ ਕੀ ਨਾਮ ਹੈਗਾ, ਜੇ ਮਹਿੰਗਾਈ ਨਵਾ ਇਮਰਾਨ ਖਾਨ ਨੇ ਕੀਤੀ ਹੈ ਤਾਂ ਨਵਾਜ਼ ਸ਼ਰੀਫ ਨੇ ਵੀ ਕੁਛ ਘੱਟ ਨਹੀਂ ਕੀਤਾ ਹੈਗਾ, ਠੀਕ ਹੈ ਨਾ? ਰੋਟੀ ਖਾਂਦੇ ਸਾਨੂੰ ਗਰੀਬ ਕੰਮ ਤਾਂ ਨਿਕਲੀ ਦਾ ਸੀ, ਘਰ ਬੱਚਿਆਂ ਦੀ ਰੋਟੀ ਲੈ ਕੇ ਜਾਈ ਸੀ, ਹੁਣ ਤੇ ਉਹ ਵੀ ਨਹੀਂ ਪੂਰੀ ਹੁੰਦੀ। ਆਪ ਉਹਨੇ ਨਵਾਜ਼ ਸ਼ਰੀਫ ਨੇ ਖਾਧਾ ਤੇ ਦੁਨੀਆ ਨੂੰ ਵੀ ਖਵਾਇਆ, ਇਹਨੇ ਇਕੱਲੇ ਨਹੀਂ ਖਾਧਾ, ਉਹਨੇ ਮੁਲਕੀ ਹਾਲਾਤ ਇਹਨੇ ਅੱਛੇ ਕੀਤੇ, ਮਗੇ ਕੰਮ ਕਰਾਏ। ਮੈਂ ਤੇ ਖਾਵਾਂ। ਕੀ ਕੰਮ ਕਰਾਏ? ਯਾ ਸੜਕਾਂ ਬਣਵਾਈਆਂ, ਹੋਰ ਮੁਲਕ ਜਿਹੜਾ ਕੰਮ ਹੁੰਦਾ ਕਰਵਾਉਂਦਾ ਹੀ ਰਿਹਾ। ਇਹਨਾਂ ਨੇ ਕਿਹੜੀ ਚੀਜ਼ ਬਣਾਈ ਹੈ ਜਿਹੜੀ ਅੱਜ ਤੱਕ, ਦੱਸੋ ਸਹੀ ਕਿਹੜੀ ਚੀਜ਼ ਬਣਾਈ ਹੈ ਜਿਹੜੀ ਇਹਨਾਂ ਨੇ, ਦੱਸ ਸਕੀਏ ਕਿਸੇ ਨੂੰ, ਕਿ ਜੀ ਇਮਰਾਨ ਖਾਨ ਸਾਹਿਬ ਨੇ ਬਣਵਾਈ ਹੈ? ਮਤਲਬ ਕਿ ਤੁਸੀਂ ਹੈਗੇ ਨਵਾਜ਼ ਸ਼ਰੀਫ ਦੇ ਸਪੋਰਟਰ, ਤੁਸੀਂ ਉਹਨਾਂ ਨੂੰ? ਨਹੀਂ ਅਸੀਂ ਸਪੋਰਟਰ ਕਿਸੇ ਦੇ ਵੀ ਨਹੀਂ, ਅਸੀਂ ਸਿਰਫ ਹੱਕ ਦੀ ਗੱਲ ਕਰ ਰਹੇ ਹਾਂ। ਅੱਛਾ ਐਦ ਕੀ ਵੋਟ ਕਿਹਨੂੰ ਦਿੱਤਾ? ਮੈਂ ਤਾਂ ਨਵਾਜ਼ ਸ਼ਰੀਫ ਨੂੰ ਦਿੱਤਾ। ਨਵਾਜ਼ ਸ਼ਰੀਫ ਫਿਰ ਵੀ ਇਮਰਾਨ ਖਾਨ ਜਿੱਤ ਗਏ ਤੇ ਧਾਂਦਲੀ ਨਾਲ ਜਿੱਦਾਂ ਹੀ ਬੰਦਾ ਫਿਰ ਧਾਂਦਲੀ ਕੀਤੀ? ਹਾਂਜੀ ਇਹ ਵੋਟਾਂ ਵਿੱਚ ਕਾਹਦੀ ਧਾਂਦਲੀ ਹੁੰਦੀ ਹੈ, ਉਸ ਤੋਂ ਬਗੈਰ ਆ ਹੀ ਨਹੀਂ ਸਕਦੇ। ਸਾਡੇ ਆਪਣੇ ਇਲਾਕੇ 'ਚ ਹੋਈ ਹੈ। ਕਿੱਦਾਂ? ਏਅਰਪੋਰਟ ਰੋਡ 'ਤੇ। ਤਾਂ ਕਿਸ ਕੋ ਰੱਖੂ? ਮੈਂ ਤਾਂ ਰੱਖੂਗੀ ਸ਼ਹਿਬਾਜ਼ ਸ਼ਰੀਫ ਸਰ। ਓਕੇ, ਉਹ ਅੱਛਾ ਬੰਦਾ, ਇਨਸਾਨ ਅੱਛਾ ਹੈ। ਸ਼ਹਿਬਾਜ਼ ਸ਼ਰੀਫ ਇਕੱਲਾ ਅੱਛਾ ਹੈ? ਨਹੀਂ, ਉਹਦੀ ਪੂਰਾ ਜਿੰਨਾ ਵੀ ਉਹਦਾ ਗਰੁੱਪ ਹੈ ਸਾਰਾ ਹੀ ਅੱਛਾ। ਉਹਨਾਂ ਨੇ ਕੀ ਅੱਛਾਈ ਕੀ? ਹਰ ਚੀਜ਼ ਲਾਹੌਰ ਦੀ ਬਹੁਤ ਚੀਜ਼ਾਂ ਅੱਛੀ ਬਣਾਈ ਹੈ, ਅੱਛਾ ਕੰਮ ਕੀਆ। ਉਹਨਾਂ ਨੇ ਕਰਪਸ਼ਨ ਬਹੁਤ ਹੀ ਕੀਤੀ ਹੈ ਸ਼ਾਇਦ। ਨਹੀਂ ਕੋਈ ਨਹੀਂ ਕਰਪਸ਼ਨ ਹੈ, ਉਹਦਾ ਤਾਂ ਵੀ ਜ਼ਿਆਦਾ ਕਰ ਰਿਹਾ ਇਮਰਾਨ ਖਾਨ। ਇਮਰਾਨ ਖਾਨ ਕਿੱਦਾਂ ਕਰਪਸ਼ਨ ਕਰ ਰਿਹਾ? ਉਹ ਤਾਂ ਮਹਿੰਗਾਈ ਮਤਲਬ ਕਰਕੇ
महंगाई हैगी भी है तो उहदा मतलब ऐ नहीं हैगा कि वह महंगाई तुहाडा नुकसान करदे पे तुहाडा कर्जा जिहड़ा चढ़े वह ला रहे तो बेटा क्यों कर्जा क्यों सी लिया उन्हें लोगों ने उन्होंने लिए हुए है ना तो वो ही उतारेंगे नवाज शरीफ ने नहीं नवाज शरीफ ने भी इन्होंने इन्हें उहदा तो भी ज्यादा लै लिया कर्जे इमरान खान इमरान ओते लेने कर्जे हाँ जी वह किस तरह गल सुनो अगे जून के बिच बजट आंदा सी ते हुण हर 15 दिन बाद हर दूसरे दिन चीज महंगाई होई हुंदी महंगाई ते नवाज शरीफ ने ਕੋਈ ਨੇ ਉਹਦਾ ਦੌਰ ਚ ਇੰਨੀ ਕੋਈ ਨੇ ਹੁਣ ਤਾਂ ਗਰੀਬਾਂ ਦਾ ਪੱਠਾ ਬਿਠਾ ਲੋ ਉਹਦੇ ਦੌਰ ਚ ਇੰਨੀ ਨਹੀਂ ਸੀ ਹੈਗੀ ਹੈਗੀ ਤੁਸੀਂ ਨਾ ਹੁਣ ਥੋੜੀ ਉੱਤੇ ਥੱਲੇ ਕੀ ਮਤਲਬ ਕਿ ਮਹਿੰਗਾਈ ਤੇ ਮਹਿੰਗਾਈ ਹੈ ਬੇਟਾ ਮੇਰੀ ਗੱਲ ਸੁਣੋ ਨਾ ਤੇ ਬੱਚਿਆਂ ਨੂੰ ਰੋਜ਼ਗਾਰ ਕੋਈ ਮਿਲ ਰਿਹਾ ਨਾ ਬੱਚਿਆਂ ਨੇ ਨੌਕਰੀਆਂ ਜਦੋਂ ਦਾ ਕਰੋਨਾ ਆਇਆ ਬੱਚੇ ਸਾਡੇ ਸਾਲ ਪੂਰੇ ਜ਼ਾਇਆ ਹੋ ਗਏ ਨੇ ਪੜ੍ਹਾਈ ਵਾਸਤੇ ਉਹਨਾਂ ਦੇ ਦੌਰ 'ਚ ਇਹ ਚੀਜ਼ਾਂ ਤਾਂ ਨਹੀਂ ਨਾ ਸੀ ਅਤੇ ਫੀਸਾਂ ਅਸੀਂ ਤਾਂ ਫਟਾਫਟ ਦੇ ਰਹੇ ਨੇ ਹਰ ਮਹੀਨੇ ਸਕੂਲਾਂ ਵਾਲੇ ਨੇ ਕੋਈ ਬਿਜਲੀ ਦੇ ਬਿੱਲ ਵੱਧ ਰਹੇ ਨੇ ਸੂਈ ਗੈਸ ਦੇ ਬਿੱਲ ਵੱਧ ਰਹੇ ਦੇਖੋ ਨਾ ਉਹ ਹੁਣ ਕਰੋਨਾ ਆ ਗਿਆ ਕਰੋਨਾ ਦੇ ਵਿੱਚ ਲੋਕਡਾਊਨ ਲੱਗ ਗਿਆ ਜੋ ਲੋਕਡਾਊਨ ਸੀ ਤਾਂ ਥੋੜ੍ਹੀ ਮੇਰੀ ਬਾਤ ਸੁਣੋ ਥੋੜ੍ਹਾ ਅਮਦਾਦ ਆਈ ਹੈ ਥੋੜ੍ਹਾ ਪੈਸਾ ਮਿਲਿਆ ਕਹਾਂ ਗਿਆ ਇਹਨਾਂ ਤਾਂ ਹੁਣ ਮੈਨੂੰ ਨਹੀਂ ਪਤਾ ਕਿ ਕਿੱਥੇ ਗਿਆ ਖਾਇਆ ਨਾ ਉਹਨਾਂ ਨੇ ਖਾਇਆ ਨਾ ਤੇ ਮੈਨੂੰ ਵੀ ਨਹੀਂ ਪਤਾ ਕਿ ਅਮਦਾਦ ਆਈ ਹੈ ਕਿ ਦਿੱਤੀ ਹੈਗੀ ਬੜੀ ਆਈ ਹੈ ਬੜੀ ਬਾਹਰਲੇ ਮੁਲਕਾਂ ਵਾਲਿਆਂ ਨੇ ਦਿੱਤੀ ਇਹਨੂੰ ਅਜੇ ਤੱਕ ਆ ਰਹੀ ਹੁੰਦਾ ਨਹੀਂ ਤੁਹਾਨੂੰ ਕਿਵੇਂ ਪਤਾ ਕਿ ਬਾਹਰ ਦੇ ਮੁਲਕ ਵਾਲੇ ਹਲੇ ਤੱਕ ਕਿਉਂ ਬੇਟਾ ਟੀਵੀ 'ਚ ਦਿਖਾ ਰਹੇ ਨੇ ਰੋਜ਼ਾਨਾ ਖਬਰੇ ਜੋ ਰਿਕਾਰਡ ਦੱਸਦੇ ਪਏ ਨੇ ਕਿੰਨੀ ਅਮਦਾਦ ਆਈ ਹੈ ਹਾਂਜੀ ਦੱਸ ਰਹੇ ਨੇ ਕਹਿ ਰਹੇ ਨੇ ਕਿਹੜੇ ਚੈਨਲ ਤੇ ਦੱਸ ਰਹੇ ਨੇ ਜੀਓ ਤੇ ਆਪਣੇ ਜਿਹੜਾ ਸਿਟੀ 42 ਤੇ ਹਰ ਚੈਨਲ ਤੇ ਮਤਲਬ ਤੁਹਾਡਾ ਕਹਿੰਦਾ ਕਿ ਉਹ ਜਿਹੜੇ ਨੇ ਉਹ ਦੱਸਦੇ ਪਏ ਨੇ ਕਿ ਇਮਰਾਨ ਖਾਨ ਨੂੰ ਇੰਨੀ ਅਮਦਾਦ ਆਈ ਹੈ ਹਾਂਜੀ ਠੀਕ ਹੈ ਇੰਨੀ ਉਹ ਲਾਂਦਾ ਪਿਆ ਬੇਟਾ ਦੇਖੋ ਲੀਡਰ ਜਿਹੜਾ ਵੀ ਆਏ ਉਹ ਖਾਤਾ ਜ਼ਰੂਰ ਹੈ ਮੈਂ ਵੀ ਉਹੀ ਗੱਲ ਕਰ ਰਹੀ ਨਾ ਕਿ ਲੀਡਰ ਜਿਹੜਾ ਵੀ ਆਏ ਉਹ ਖਾਂਦਾ ਜ਼ਰੂਰ ਮੇਰੀ ਗੱਲ ਸੁਣੋ ਇਹ ਹੁਣ ਕੋਈ ਅੱਛਾ ਕੰਮ ਕਰਕੇ ਦਿਖਾਏ ਤਾਂ ਆਵਾਮ ਇਹਦੇ ਨਾਲ ਵੀ ਹੋਏਗੀ ਕੀ ਅੱਛਾ ਕੰਮ ਕਰੇ ਉੱਤੇ ਜਿਹੜੇ ਮਹਿੰਗਾਈ ਕੰਮ ਕਰੇ ਕਿੰਨੀ ਘੱਟ ਕਰੇ ਜਿੰਨੀ ਪਹਿਲੇ ਸੀ ਵੈਸੇ ਕੀ ਰੇਟ ਹੋਣਾ ਚਾਹੀਦਾ ਪੈਟਰੋਲ ਦਾ ਤੇ ਪੈਟਰੋਲ ਦਾ 50 55 60 ਇੰਨਾ ਸੀ ਉਹਨਾਂ ਦੇ ਦੌਰ ਚ ਗੰਜਿਆਂ ਦੇ ਅੱਛਾ ਆਹ ਸਹੀ ਗੱਲ ਮੈਂ ਤਾਂ ਸਹੀ ਕਹਾਂਗੀ ਅੱਛਾ ਤੇ ਚੀਨੀ ਆਟਾ ਘਿਓ ਇਹ ਚੀਜ਼ਾਂ ਨੇ ਜਿਹੜੀਆਂ ਸੇਮ ਮੇਨ ਖਾਣ ਵਾਲੀਆਂ ਚੀਜ਼ਾਂ ਉਹੀ ਨੇ ਮਿਲ ਰਹੀਆਂ ਆਵਾਮ ਨੂੰ ਦੇਵਾਮ ਨੇ ਉਹਦੇ ਕੀ ਹਾਮੀ ਪਾਣੀ ਆਵਾਮ ਖਾਂਦੀ ਤੇ ਪਈ ਹੈ ਨਾ ਫਿਰ ਖਾਂਦੀ ਤੇ ਐ ਤੇ ਰੂਲ ਰੂਲ ਕੇ ਖਾ ਆਵਾਮ ਚੰਗੀ ਹੋਵੇ ਖਾਵੇ ਨਾ ਫਿਰ ਅੱਛਾ ਤੇ ਤੂੰ ਆਪ ਨਹੀਂ ਖਾਤੀ ਨਹੀਂ ਮੈਂ ਸੇ ਤੋਂ ਲੱਗਦਾ ਮੈਂ ਕੁਝ ਖਾਂਦੀ ਹਾਂ ਭਵਾ ਇਹ ਮੇਰੀ ਬਾਤ ਸੁਣੋ ਬੇਟਾ ਇਹ ਨਹੀਂ ਨਹੀਂ ਮੇਰੇ ਕਹਿਣ ਦਾ ਪਤਲੇ ਕੀ ਮਤਲਬ ਪਤਲਾ ਹੋ ਖਾ ਤੈਨੂੰ ਮੌਕਾ ਮਿਲੇਗਾ ਤੁਸੀਂ ਕਿਸੇ ਲੀਡਰ ਨੂੰ ਕਿਸੇ ਸਿਆਸਤਦਾਨ ਨੂੰ ਆਪਣੇ ਘਰ ਰੱਖਣਾ ਹੈ ਤੇ ਕਿਹਨੂੰ ਰੱਖੋਗੇ ਕੋਈ ਇਸ ਕਾਬਲ ਹੀ ਨਹੀਂ ਹੈਗਾ ਕਿਉਂ ਵਜ੍ਹਾ ਘਰ ਰੱਖਣ ਦੇ ਕਾਬਲ ਨਹੀਂ ਹੈ ਲੀਡਰ ਹੈਗੇ ਨੇ ਸਾਨੂੰ ਰਿਸਪੈਕਟ ਦੇਣੀ ਚਾਹੀਦੀ ਇਹੋ ਜਿਹੇ ਲੀਡਰਾਂ ਦਾ ਫਾਇਦਾ ਹੈ ਸਾਰੇ ਪਿੱਛੇ ਜਿਹੜੇ ਲੀਡ ਜਿਨ੍ਹਾਂ ਨੂੰ ਲੀਡ ਕਰ ਰਹੇ ਨੇ ਉਹ ਸਾਰੇ ਖਪ ਰਹੇ ਨੇ ਠੀਕ ਹੈ ਤੰਗ ਆ ਰਹੇ ਨੇ ਮਤਲਬ ਤੁਹਾਨੂੰ ਕੀ ਲੀਡਰਾਂ ਕੋਲੋਂ ਫਾਇਦਾ ਲੀਡਰਾਂ ਤੁਹਾਨੂੰ ਨਹੀਂ ਪਤਾ ਲੀਡਰ ਕੀ ਕਾਹਦੇ ਤੋਂ ਬਗੈਰ ਤੇ ਮੁਲਕ ਹੀ ਨਹੀਂ ਚੱਲ ਤੇ ਕਿੱਥੇ ਚੱਲ ਰਹੇ ਆ ਪਿੱਛੇ ਜਾਈ ਚੱਲਦਾ ਤੇ ਰਿਵਰਸ ਗੇਅਰ ਤੇ ਲੱਗ ਗਿਆ ਕਿੱਥੇ ਪਿੱਛੇ ਜਾ ਰਹੇ ਕੀ ਮਹਿੰਗਾਈ ਦਾ ਕੀ ਹਾਲਾਤ ਹੈਗੇ ਨੇ ਤੁਹਾਨੂੰ ਨਹੀਂ ਪਤਾ ਤਾਂ ਸ਼ੁਰੂ ਤੋਂ ਹੀ ਹੈਗੀ ਸੀ ਜਿਹੜਾ ਲੀਡਰ ਆਂਦਾ ਨਹੀਂ ਮਹਿੰਗਾਈ ਹੈ ਇੰਨੀ ਛੇਤੀ ਮਹਿੰਗਾਈ ਕਦੇ ਨਹੀਂ ਹੋਈ ਕਿੰਨੀ ਛੇਤੀ ਕਿਸੇ ਕੋਈ ਡਿਪਾਰਟਮੈਂਟ ਨਹੀਂ ਤੁਹਾਡਾ ਕੰਮ ਕਰ ਰਿਹਾ ਠੀਕ ਹੈ ਪੂਰੇ ਸੜਕਾਂ ਦੇ ਕੂੜਿਆਂ ਦਾ ਹਾਲ ਵੇਖੋ ਇਹੋ ਜਿਹੇ ਲੀਡਰ ਆ ਘਰ ਰੱਖ ਕੇ ਕੂੜਾ ਪਾ ਮਤਲਬ ਕਿ ਕੂੜੇ ਵੀ ਹੁਣ ਲੀਡਰ ਆ ਪਾ ਕੇ ਚੁੱਕਾ ਤੇ ਡਿਪਾਰਟਮੈਂਟ ਕਿੰਨੇ ਚਲਾਣਾ ਹੈ ਡਿਪਾਰਟਮੈਂਟ ਜਦੋਂ ਉਹਨਾਂ ਨੇ ਆਰਡਰ ਦਿੱਤੇ ਨੇ ਹੁਣ ਲੋਕਾਂ ਦਾ ਕੰਮ ਹੈ ਤੇ ਆਰਡਰ ਨਹੀਂ ਉਹ ਨਹੀਂ ਕੰਮ ਕਰ ਰਹੇ ਉਹਨਾਂ ਦੀ ਤਨਖਾਹਾਂ ਰੋਕ ਦੇਣ ਕੱਢ ਦੇਣ ਉਹਨਾਂ ਨੂੰ ਡਿਪਾਰਟਮੈਂਟ ਬੰਦ ਕਰ ਦੇਣ ਗਰੀਬਾਂ ਨੂੰ ਮਰਵਾਉਣ ਦੇ ਕੰਮ ਤੇ ਗਰੀਬ ਤੇ ਉਂਝ ਹੀ ਮਾਰ ਰਿਹਾ ਕਿਉਂ ਜੀ ਤੁਸੀਂ ਕੰਮ ਕੀ ਕਰਦੇ ਭਰਾ ਗਰੀਬ ਹੈ ਮੈਂ ਆਪ ਗਰੀਬ ਹਾਂ ਕੀ ਕੰਮ ਕਰਦੇ ਮੈਂ ਬੈਂਕ 'ਚ ਹੀ ਹੁੰਦਾ ਬੈਂਕ ਵਿੱਚ ਬੰਦਾ ਹੋ ਕੇ ਗਰੀਬ ਕਿੱਥੋਂ ਹੋ ਸਕਦਾ ਤੇ ਤਨਖਾਹ ਹੀ ਨਹੀਂ ਦੇ ਇਮਰਾਨ ਖਾਨ ਤੁਹਾਡੇ ਘਰ ਵੜ ਜਾ ਮੈਂ ਰਾਤ ਰਹਿਣਾ ਹੈ ਮੈਂ ਰਾਤ ਰਹਿ ਕੇ ਜਾਣਾ ਹੈ ਇੰਜ ਹੀ ਵੜ ਜਾ ਯਾਰ ਬੂਆ ਬੰਦ ਹੁੰਦਾ ਸਾਡਾ ਕੁੰਡੀ ਲੱਗੀ ਹੁੰਦੀ ਹੈ ਗਲਤੀ ਨਾਲ ਜੇ ਖੁੱਲਾ ਰਹਿ ਗਲਤੀ ਨਾਲ ਖੁੱਲਾ ਰਹਿ ਜਾ ਤੇ ਫਿਰ ਕੀ ਕਰੀਏ ਫਿਰ ਵੜ ਜਾਏਗਾ ਤੇ ਫਿਰ ਦੇਖ ਕੀ ਜੇ ਮੈਂ ਗੁੱਸਾ ਉਹ ਫੜ ਕੇ ਕੱਟ ਦਵਾਂ ਮਹਿਮਾਨ ਨਵਾਜ਼ੀ ਕਰਾਂ ਆ ਦੇਖਿਆ ਆ ਹੁਣ ਦੱਸੋ ਮੈਂ ਤੇ ਹੁਣ ਇਹਨਾਂ ਤੁਹਾਨੂੰ ਫੁੱਲ ਗਲਾ ਕੇ ਦੱਸਤਾ ਹੁਣ ਜੇ ਬਹੁਤੀ ਵੱਡੀ ਗੱਲ ਹੈ ਤੇ ਫਿਰ ਬਹਿ ਜਾਣੇ ਕਿਤੇ ਸਕੂਨ ਨਾਲ ਤੁਹਾਨੂੰ ਸਾਰੀ ਡਿਟੇਲ ਦੱਸਣਾ ਠੀਕ ਡਿਟੇਲ ਤੁਹਾਡੇ ਕੋਲ ਉਹ ਦਾਇਰੀ ਹਰ ਹਾਂ ਆਵਾਮ ਦੇ ਹਰ ਬੰਦੇ ਕੋਲ ਡਿਟੇਲ ਹੈਗੀ ਚਲੋ ਜੀ ਮਿਹਰਬਾਨੀ ਤੁਹਾਡੀ ਅੱਜ ਅੱਗੇ ਚੱਲਦੇ ਹਾਂ ਕਿਹਨੂੰ ਰੱਖੋਗੇ ਕਿਸੇ ਨੂੰ ਵੀ ਨਹੀਂ ਓਕੇ ਸਭ ਹੀ ਚੋਰ ਨੇ ਨਹੀਂ ਤੇ ਚੋਰ ਹੈ ਕਿ ਮਤਲਬ ਕਿ ਤੁਸੀਂ ਕੋਈ ਰਿਸਪੈਕਟ ਨਹੀਂ ਦਿੰਦੇ ਲੀਡਰ ਲੀਡਰ ਆਵਾਮ ਨੂੰ ਦੇਣ ਨਾ ਲੀਡਰ ਆਵਾਮ ਨੂੰ ਦੇਣ ਨਾ ਤੇ ਆਵਾਮ ਕਿਸ ਤਰ੍ਹਾਂ ਲੀਡਰਾਂ ਨੂੰ ਦੇਗੀ ਲੀਡਰ ਜੇ ਆਵਾਮ ਨੂੰ ਚਲਾ ਰਹੀ ਆ ਆਵਾਮ ਦੇ ਬਾਰੇ ਚ ਕੀ ਸੋਚ ਰਹੇ ਆ ਉਹ ਨਹੀਂ ਉਹ ਆਵਾਮ ਦੇ ਬਾਰੇ ਚ ਕੁਛ ਨਹੀਂ ਸੋਚ ਰਹੇ ਤੇ ਆਵਾਮ ਕਿਸ
ਸੋਚੇ ਘਬਰਾਣਾ ਨਹੀਂ ਅਭੀ ਸੋਚ ਰਹੇ ਆ ਅਮੀਰ ਲੋਕਾਂ ਲਈ ਸੋਚ ਰਹੇ ਗਰੀਬ ਲੋਕਾਂ ਲਈ ਕੋਈ ਵੀ ਨਹੀਂ ਸੋਚ ਰਿਹਾ ਤੇ ਅਮੀਰ ਲੋਕਾਂ ਤੇ ਗਰੀਬ ਲੋਕ ਇਨਸਾਨ ਨਹੀਂ ਹੈਗੇ ਨਹੀਂ ਲੀਡਰਾਂ ਦੀ ਜੋ ਹਕੀਕਤ ਹੈ ਨਾ ਅਮੀਰ ਹੀ ਉਹਨਾਂ ਦੀ ਹਕੀਕਤ ਹੈ ਗਰੀਬ ਵੱਲ ਪਲਟ ਕੇ ਨਹੀਂ ਦੇਖਦੇ ਬਸ ਫਾਰਮੈਲਿਟੀ ਪੂਰੀ ਕਰਦੇ ਅਸੀਂ ਆਵਾਂਗੇ ਦੇਖਾਂਗੇ ਤੁਹਾਡੇ ਵੱਲ ਰਜੂ ਕਰਾਂਗੇ ਤੁਹਾਡੇ ਵੱਲ ਧਿਆਨ ਦੇਵਾਂਗੇ ਲੇਕਿਨ ਬਾਅਦ 'ਚ ਕੁਛ ਨਹੀਂ ਹੁੰਦਾ ਜੇ ਫਰਜ਼ ਕਰੋ ਇਮਰਾਨ ਖਾਨ ਜ਼ਬਰਦਸਤੀ ਕਹਿੰਦਾ ਮੈਂ ਰਾਤ ਤੁਹਾਡੇ ਘਰ ਗੁਜ਼ਾਰ ਕੇ ਜਾਣੀ ਖਾਣਾ ਛਾਣਾ ਖਾ ਕੇ ਸੌ ਕੇ ਸੁਬਹ ਆਰਾਮ ਨਾਲ ਉੱਠ ਕੇ ਜਾਣਾ ਤਾਂ ਕੀ ਕਰੋ ਇਹਦੇ ਲੀਡਰ ਨੂੰ ਤਾਂ ਬਿਲਕੁਲ ਕਤਾਈ ਨਾ ਇਜਾਜ਼ਤ ਨਹੀਂ ਦੇਵਾਂਗੇ ਨਵਾਜ਼ ਸ਼ਰੀਫ ਕਹਿੰਦਾ ਹਾਂ ਉਹਨਾਂ ਦੀ ਹਕੂਮਤ ਜੋ ਸੀ ਫਿਰ ਇਮਰਾਨ ਖਾਨ ਜਿਹੜਾ ਜਿਹੜਾ ਇਮਰਾਨ ਖਾਨ ਪਹਿਲੇ ਸਾਡੇ ਇਮਰਾਨ ਖਾਨ ਜਿਹੜਾ ਇਸ ਟਾਈਮ ਤੇ ਸਾਡਾ ਲੀਡਰ ਹੈ ਉਹਨੂੰ ਸਪੋਰਟ ਨਹੀਂ ਕਰ ਰਹੇ ਜਿਹੜਾ ਪਹਿਲੇ ਰਹਿ ਕੇ ਜਾ ਚੁੱਕਿਆ ਉਹਨੂੰ ਸਪੋਰਟ ਕਰ ਰਹੇ ਇਹ ਰੀਜ਼ਨ ਰੀਜ਼ਨ ਫਿਰ ਵੀ ਉਹਨਾਂ ਦੇ ਦੌਰ 'ਚ ਬਹੁਤ ਬਿਹਤਰੀ ਸੀ ਜੋ ਅੱਜ ਕੱਲ੍ਹ ਹਾਲਾਤ ਹੋ ਚੁੱਕੇ ਆ ਹਰ ਗਰੀਬ ਬੰਦਾ ਖਾਣ ਤੋਂ ਮਜਬੂਰ ਹੈ ਉਹ ਫਿਰ ਵੀ ਗਰੀਬਾਂ ਦੇ ਵੱਲ ਤਰਜੀਹ ਦਿੰਦੇ ਗਰੀਬ ਬੰਦਾ ਖਾ ਤਾਂ ਰਿਹਾ ਬਹੁਤ ਖਾ ਕੇ ਸੁਣਦਾ ਨੋ ਨੋ ਆ ਜਾਓ